ਦੇਖੋ ਇਹ ਜਿਹੜਾ ਇਹ ਜਿਹੜੀਆਂ ਚੀਜ਼ਾਂ ਨੇ ਬੜੀਆਂ ਨੇ ਫਾਰਚੂਨੇ ਨੇ, ਪਰ ਜਿਹੜੀ ਇਹਨਾਂ ਡੂੰਘਾ ਥੱਲੇ ਜਾਣਾ ਮੈਕਨਿਜ਼ਮ ਜਿਹੜਾ ਕਰਨਾ, ਇਹਦੇ 'ਤੇ ਸਰਕਾਰ ਜਿਹੜੀ ਆ ਕੋਈ ਹੋਣਾ ਵੀ ਚਾਹੀਦਾ ਕਿ ਇਹੋ ਜਿਹੇ ਡਿਜ਼ਾਸਟਰ ਜਿਹੜਾ ਆਉਂਦਾ ਇਹੋ ਜਿਹੀਆਂ ਚੀਜ਼ਾਂ ਦਾ ਕਰਕੇ। ਪਰ ਬੜਾ ਅਨਫਾਰਚੂਨੇਟ ਹੈ ਕਿ ਸਾਡੇ ਦੇਸ਼ 'ਚ ਹੀ ਆਉਂਦਾ ਔਰ ਬਾਹਰਲੇ ਕਿਤੇ ਨਹੀਂ। ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਬੋਰਵੈਲ ਜਿਹੜੇ ਨਹੀਂ ਚੱਲ ਰਹੇ, ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਕਿ ਬੋਰਵੈਲ ਜਿਹੜੇ ਜਿਹੜੇ ਵੇਖਣ ਉਹਨਾਂ ਦੇ ਆਪਣੇ ਬੋਰਵੈਲ ਜਿਹੜਾ ਉਹਨੂੰ ਉੱਥੇ ਬੋਰੀ ਰੱਖ ਦਿੱਤੀ ਹੈ। ਮੈਂ ਤਾਂ ਸਗੋਂ ਚਾਹੂੰਗਾ ਕਿ ਸਰਕਾਰ ਨੂੰ ਇਹੋ ਜਿਹਾ ਕਾਨੂੰਨ ਬਣਾ ਦੇਣਾ ਚਾਹੀਦਾ ਕਿ ਜਿਹਦੇ ਬੋਰਵੈਲ 'ਚ ਕੋਈ ਡਿੱਗਦਾ ਉਹਦੇ ਉੱਤੇ ਮਰਡਰ ਦਾ ਪਰਚਾ ਰਜਿਸਟਰ ਹੋਣਾ ਚਾਹੀਦਾ, ਤਾਂ ਕਿ ਲੋਕ ਉਹਦੇ ਵੱਲ ਧਿਆਨ, ਸਖਤੀ ਨਾਲ ਕਾਨੂੰਨ ਲਾਗੂ ਹੋਣਾ ਚਾਹੀਦਾ। ਨਹੀਂ ਵੇਖੋ ਇਹ ਜਿਹੜਾ ਇਹ ਜਿਹੜੀਆਂ ਚੀਜ਼ਾਂ ਨੇ ਬੜੀਆਂ ਅਨਫਾਰਚੂਨੇ ਨੇ, ਪਰ ਜਿਹੜੀ ਇਹਨਾਂ ਡੂੰਘਾ ਥੱਲੇ ਜਾਣਾ ਮੈਕਨਿਜ਼ਮ ਜਿਹੜਾ ਕਰਨਾ, ਇਹਦੇ 'ਤੇ ਸਰਕਾਰ ਜਿਹੜੀ ਆ ਕੋਈ ਹੋਣਾ ਵੀ ਚਾਹੀਦਾ ਕਿ ਇਹੋ ਜਿਹੇ ਡਿਜ਼ਾਸਟਰ ਜਿਹੜਾ ਆਉਂਦਾ ਇਹੋ ਜਿਹੀਆਂ ਚੀਜ਼ਾਂ ਦਾ ਕਰਕੇ। ਪਰ ਬੜਾ ਅਨਫਾਰਚੂਨੇਟ ਹੈ ਕਿ ਸਾਡੇ ਦੇਸ਼ 'ਚ ਹੀ ਆਉਂਦਾ ਔਰ ਬਾਹਰਲੇ ਕਿਤੇ ਨਹੀਂ। ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਬੋਰਵੈਲ ਜਿਹੜੇ ਨਹੀਂ ਚੱਲ ਰਹੇ, ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਕਿ ਬੋਰਵੈਲ ਜਿਹੜੇ ਜਿਹੜੇ ਵੇਖਣ ਉਹਨਾਂ ਦੇ ਆਪਣੇ ਬੋਰਵੈਲ ਜਿਹੜਾ ਉਹਨੂੰ ਉੱਥੇ ਬੋਰੀ ਰੱਖ ਦਿੱਤੀ ਹੈ, ਅਤੇ ਉਸੇ ਬੋਰੀ ਦੇ ਨਾਲ ਏਡੀ ਵੱਡੀ ਘਟਨਾ ਵਾਪਰ ਗਈ। ਜਿਹੜੀ ਚੀਜ਼ ਉਹਨੂੰ ਪ੍ਰੋਪਰ ਉਹਦੇ ਤੋਂ ਜੇ ਨਹੀਂ ਹੈਗਾ ਉਹਦੇ 'ਤੇ ਪ੍ਰੋਪਰ ਉਹਦੇ ਕੋਈ ਬੰਦ ਕਰਕੇ ਇਹੋ ਜਿਹੀਆਂ ਚੀਜ਼ਾਂ ਰੱਖ ਕੇ। ਮੈਂ ਤਾਂ ਸਗੋਂ ਚਾਹੂੰਗਾ ਕਿ ਸਰਕਾਰ ਨੂੰ ਇਹੋ ਜਿਹਾ ਕਾਨੂੰਨ ਬਣਾ ਦੇਣਾ ਚਾਹੀਦਾ ਕਿ ਜਿਹਦੇ ਬੋਰਵੈਲ 'ਚ ਕੋਈ ਡਿੱਗਦਾ ਉਹਦੇ ਉੱਤੇ ਮਰਡਰ ਦਾ ਪਰਚਾ ਰਜਿਸਟਰ ਹੋਣਾ ਚਾਹੀਦਾ, ਤਾਂ ਕਿ ਲੋਕ ਉਹਦੇ ਵੱਲ ਧਿਆਨ, ਸਖਤੀ ਨਾਲ ਕਾਨੂੰਨ ਲਾਗੂ ਹੋਣਾ ਚਾਹੀਦਾ, ਅਤੇ ਫਿਰ ਇਹੋ ਜਿਹੇ ਘਟਨਾਵਾਂ ਰੁਕਣਗੀਆਂ। ਜੇ ਆਪਾਂ ਇਹ ਕਹੀਏ ਕਿ ਜੀ ਇੰਤਜ਼ਾਮ ਕੀਤੇ ਜਾਣ, ਇੰਤਜ਼ਾਮ ਇਹ ਕਰਨੇ ਚਾਹੀਦੇ ਕਿ ਜਿਹੜੇ ਬੋਰਵੈਲ ਜਿਹੜੇ ਨਹੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਲੋਕਾਂ ਦੇ ਪਰਚੇ ਕਰਕੇ ਉਹਨਾਂ ਨੂੰ ਸਖਤ ਸਜ਼ਾਵਾਂ ਦੇਣੀ ਚਾਹੀਦੀ, ਤਾਂ ਕਿ ਦੁਬਾਰਾ ਇਹੋ ਜਿਹੀ ਘਟਨਾ ਨਾ ਵਾਪਰ। ਜਿਹੜੀ ਸਾਡੇ 500 ਸਾਲਾ ਸ਼ਤਾਬਦੀ ਗੁਰੂ ਸਾਹਿਬ ਜੀ ਮਨਾਉਣ ਲਈ ਜਾ ਰਹੇ, ਉਹਦੇ 'ਚ ਸੇਖ ਸ਼ੀ ਸਾਹਿਬ ਨੇ ਬੜਾ ਵਧੀਆ ਉਪਰਾਲਾ ਕੀਤਾ ਕਿ ਜਿੱਥੇ ਅਸੀਂ ਡਿਵੈਲਪਮੈਂਟ ਕਰਨੀ ਹੈ ਜਾਂ ਹੋਰ ਕੋਈ ਨਹੀਂ, ਤਾਂ ਉੱਥੇ ਇਹਨਾਂ ਨੇ ਗੁਰੂ ਦੇ ਨਾਂ 'ਤੇ 550 ਅਖੰਡ ਪਾਠ ਸਾਹਿਬ ਦੀ ਲੜੀ ਚਲਾਈ ਹੈ ਇਹਨਾਂ ਨੇ ਸ਼ਹਿਰ ਵਾਲਿਆਂ 'ਤੇ, ਇਹਨਾਂ ਨੇ ਸਾਰਿਆਂ ਨਾਲ। ਉਹਦੇ 'ਚ ਮੈਂ ਵੀ ਉਸ ਦਿਨ ਬੈਠਾ ਸੀ ਜਿਸ ਦਿਨ ਉਹਨਾਂ ਦਾ ਪ੍ਰੋਗਰਾਮ ਸੀ, ਅਤੇ ਅੱਜ ਮੈਂ ਮੇਰੇ ਆਪਣੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੈਂ ਕਿਹਾ ਮੇਰਾ ਵੀ ਇੱਕ ਅਖੰਡ ਪਾਠ ਸਾਹਿਬ ਇਹਨੂੰ ਵਿੱਚ ਸ਼ਾਮਿਲ ਕਰੋ, ਔਰ ਇਹਨਾਂ ਨੇ ਕਰਕੇ ਅਤੇ ਅੱਜ ਉਸ ਵਿੱਚ ਉਸ ਲਈ ਵੀ ਅਸੀਂ ਇੱਥੇ ਸਾਰੇ ਪਹੁੰਚੇ ਹਾਂ। ਜਿੱਥੇ ਕੈਪਟਨ ਸਾਹਿਬ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ 550 ਬੂਟਾ ਵੀ ਹਰ ਪਿੰਡ 'ਚ ਲਾਓ, ਅਤੇ ਉੱਥੇ ਨਾਲ ਹੀ ਗੁਰਬਾਣੀ ਦਾ ਵੀ ਜਿਹੜਾ ਪ੍ਰਵਾਹ ਚੱਲਣ ਲੱਗਾ, ਇਹ ਬਹੁਤ ਵੱਡੀ ਗੱਲ ਹੈ। ਇਹ ਤਾਂ ਜਿਹੜਾ ਬਾਬਾ ਨਾਨਕ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਣਾ, ਅਤੇ ਸਾਰਾ ਧਿਆਨ ਹੁਣ ਗਵਰਨਮੈਂਟ ਆਫ ਪਾਕਿਸਤਾਨ ਦਾ ਅਤੇ ਗਵਰਨਮੈਂਟ ਆਫ ਇੰਡੀਆ ਦਾ ਅਤੇ ਪੰਜਾਬ ਦਾ ਧਿਆਨ ਜਿਹੜਾ ਉਹ ਡੇਰਾ ਬਾਬਾ ਨਾਨਕ ਦੇ ਉੱਪਰ ਆ। ਇਲੈਕਸ਼ਨ ਖਤਮ ਹੁੰਦੀਆਂ ਹੀ ਕੈਪਟਨ ਸਾਹਿਬ ਨੇ ਮੀਟਿੰਗ ਬੁਲਾਈ, 2-3 ਸਾਡੀਆਂ ਮੀਟਿੰਗਸ ਹੋਈਆਂ, ਅਤੇ ਜੋ ਸਾਡੇ ਪੈਸੇ ਜਾਂ ਫੰਡਸ ਰਿਲੀਜ਼ ਹੋਣੇ ਸੀ ਉਹਨਾਂ ਨੇ ਕਰ ਦਿੱਤੇ ਨੇ ਮਿਊਂਸੀਪਲ ਕਮੇਟੀਆਂ ਨੂੰ ਵੀ। ਅਤੇ ਹੁਣੇ ਮੈਂ SC ਨੇ ਗੱਲ ਕੀਤੀ ਕਿ ਜਿਵੇਂ ਡੇਰਾ ਬਾਬਾ ਨਾਨਕ ਦੀਆਂ ਇੰਟਰਨਲ ਰੋਡਸ ਜਿਹੜੀਆਂ PWD ਕੋਲ ਸੀਗੀਆਂ, ਉਹ ਕੋਈ 9 ਕਰੋੜ ਦੀਆਂ ਡੇਰਾ ਬਾਬਾ ਨਾਨਕ ਦੀਆਂ ਬਣਦੀਆਂ ਸੀ, ਅਤੇ 7 ਕਰੋੜ ਦੀ 6.5 ਕਰੋੜ ਦਾ ਟੈਂਡਰ ਤੁਹਾਡਾ ਵੀ ਜਿਹੜਾ ਉਹ ਬਟਾਲੇ ਦਾ ਗਾਂਧੀ ਚੌਂਕ ਤੋਂ ਜਿਹੜੀ ਉੱਧਰ ਆਉਂਦੀ ਹੈ ਉਹਦਾ ਦਰਬਾਰ ਸਾਹਿਬ ਉੱਥੋਂ ਤੱਕ ਉਹਨੂੰ ਮਨਜ਼ੂਰ ਕਰ ਦਿੱਤਾ ਔਰ ਟੈਂਡਰ ਲੱਗ ਗਿਆ, ਅਤੇ ਥੋੜ੍ਹੇ ਦਿਨਾਂ ਜਿਸ ਦਿਨ ਟੈਂਡਰ ਖੁੱਲ੍ਹ ਗਿਆ ਅਤੇ ਉਹਦੇ ਬਾਅਦ ਇਮੀਡੀਏਟਲੀ ਇਹ ਕੰਮ ਸਟਾਰਟ ਹੋ ਜਾਣੇ, ਕਿਉਂਕਿ ਸਾਡੀ ਮੇਨ ਹੈ ਕਿ ਸੰਗਤ ਬਹੁਤ ਹੋਣੀ ਹੈ ਇਹਨਾਂ ਸਮਾਗਮਾਂ 'ਚ, ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਏ। ਜਿਹੜੀਆਂ ਕੋਈ ਬਾਹਰ ਨੂੰ ਵੀ ਰਸਤੇ ਨਿਕਲਨੇ ਉਹਨਾਂ ਦਾ ਵੀ ਕੈਪਟਨ ਸਾਹਿਬ ਨੇ ਕਹਿਤਾ ਕਿ ਜਲਦੀ ਉਹਦੇ ਐਸਟੀਮੇਟ ਬਣਾ ਕੇ ਉਹ ਵੀ ਉਹਦੇ ਤੋਂ ਪਹਿਲਾਂ ਕੰਮ ਅਸੀਂ ਸਟਾਰਟ ਕਰਦੇ। ਉਹਦੇ ਵਿੱਚ ਹੀ ਅੰਮ੍ਰਿਤਸਰ, ਫਤਿਹਗੜ੍ਹ ਚੂੜੀਆਂ, ਬਾਇਆ ਸੰਗਤਪੁਰਾ ਬਾਜਵਾ ਸਾਹਿਬ ਦੀ ਬੜੀ ਵੱਡੀ ਮੰਗ ਸੀਗੀ ਕਿ ਉਸ ਦਿਨ ਅਪ ਟੂ ਡੇਰਾ ਬਾਬਾ ਨਾਨਕ ਉਹ ਵੀ ਕੋਈ 87 ਕਰੋੜ ਰੁਪਏ ਦਾ ਉਹ ਦਿਨ ਸੜਕ ਜਿਹੜੀ ਮਨਜ਼ੂਰ ਹੋ ਗਈ, ਅਤੇ 37 ਕਰੋੜ ਦੀ ਬਟਾਲਾ ਟੂ ਡੇਰਾ ਬਾਬਾ ਨਾਨਕ ਇਹ ਵੀ 10 ਮੀਟਰ ਜਿਹੜੀਆਂ 33 ਫੁੱਟ ਉਹ ਵੀ 33 ਫੁੱਟ ਇਹ ਵੀ 33 ਫੁੱਟ ਜਿਹੜੀਆਂ ਸੜਕਾਂ ਮਨਜ਼ੂਰ ਕਰ ਦਿੱਤੀਆਂ ਗਵਰਨਮੈਂਟ ਆਫ ਇੰਡੀਆ ਦਾ। ਇਹਦੇ 'ਚ ਸਾਨੂੰ ਸਹਿਯੋਗ ਨਾ ਦੇਣਾ ਸਾਨੂੰ ਥੋੜ੍ਹੀ ਜਿਹੀ, ਤੁਹਾਨੂੰ ਵੀ ਸਾਰਿਆਂ ਪਤਾ ਕਿ ਪੰਜਾਬ ਦੇ ਜੋ ਹਾਲਾਤ ਨੇ ਫਾਈਨੈਂਸ਼ੀਅਲ ਹਾਲਾਤ ਨੇ ਉਹ ਕੋਈ ਏਡੇ ਵਧੀਆ ਨੇ, ਪਰ ਫਿਰ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਇਹ ਕੰਮ ਬਹੁਤ ਵਧੀਆ ਤਰੀਕੇ ਨਾਲ ਨਿਭਾਵਾਂਗੇ।
जिहड़ी शताब्दी चल रही है वह एक्चुअली शताब्दी ये है कि उन्होंने जिस वेले प्रगट हुए जो उन्होंने गुरबाणी का उच्चारण किया अव्वल अल्लाह नूर पाया कुदरत दे सब बंदे जां एक ओंकार का जिहड़ा किया वह करतारपुर साहब तो मेन साडी वह जिहड़ी चीज़ आ उत्थों चली आ उन्हां दा जिहड़ा प्रकाश उत्सव है जिहड़ा उन्हां दा जन्मदिन आ उहदा ननकाणा साहब क्योंकि पाकिस्तान च रह गया उत्थों नगर कीर्तन चलेगा तो उत्थे आएगा सुल्तानपुर लोधी आएगा डेरा बाबा नानक जिहड़ा तुहाडे बटाला सी डेरा बाबा नानक उन्हां दा आखिरी पड़ा सीगा तो उहनूं उन्होंने आख्या कि जिहड़ा समाप्ति होगी वह डेरा बाबा नानक जी दी पर कृपा यह होगी कि करतारपुर साहब के लांघा जिहड़ा आउण करके डेरा बाबा नानक जिहड़ा उहदे वल द्वारा तवज्जो दित्ती गई फिर भी जिते डेरा बाबा नानक ते उत्थों दी कीती सी उत्थे आख्या कि उत्थे गुरु साहब का जिहड़ा शादी जिते होई आ वह बटाला उहनूं बटाले दे विच लै गए उहदे उत्ते बराबर दे पैसे जिन्ने उधर आउणे क्योंकि वह शताब्दियां चलणियां ने मेन फंक्शन दोनों थावां ते ये तुहाडे बटाले दे विच मेन फंक्शन नहीं गए पर फिर भी वो बावजूद वो रख के जिने पैसे जी डिवेलपमेंट 222 करोड़ का तुहाडे इत्थों बटाले का जिहड़ा बनिया उन्होंने करना जे जी सड़क बननी है यदा भी 2 साल च बननी है बटाला जी अमृतसर तो डेरा बाबा नानक भी 2 साल च बननी पैसे उस हिसाब न चेष्टा चुने एको दिन पैसे जमा करवाने का कोई फायदा नहीं होंगे इस करके कोई पैसे की कमी नहीं जी म्यूनसिपैलिटी के पैसे होने सारे पैसे तुरे होते जिमें जिमें टेंडर जा रहे हैं सरकार का प्रोसीजर है और टेंडर लगना और जिमें जिम टेंडर जा रहे कैप्टन साहब उम्मी पैसे मंजूर करके दे जा रहे देखो उत्थे पाकिस्तान की डिवेलपमेंट यह है कि उन्होंने पहला काम स्टार्ट करके तो बाद की साड़ी डिवेलपमेंट का असी जी डेडलाइन रखी आ अक्टूबर के साड़ी उस तरीक में साढ़े काम जोड़े पूरे हो जाने क्योंकि उन्होंने सड़क ने साड़िया भी सड़क ने असी अपने काम टाइम सिर मुका लेंगे और सनी देओल तो सारे पता से प्रेस वाले वो मगर मगर दौड़ के अपने अपने पैर भी तुम जख्मी कर लेने ये तुम हम बॉम्बे जाके पिछे दौड़ लाओ तो वो फोटो लाओ कि जो तुम्हें मिल जाएगा तो फिर दसो कि लोगों ने ब्लंडर किया तो मेरे ख्याल तुम्हें भी दर्शन नहीं गए होने अं तो फिर थोड़े से फिर हार के भी लोगों का धन्यवाद साढ़े एम पी साहब कर गए ने और लोगों जो कर देंगे ने उदे बाद पछताते हैं गुरदासपुर वाले बड़ा वड्डा ब्लंडर किया कि एक बुलंद आवाज असी पार्लीमेंट च अपनी नहीं पहुँचा सके मैनू भी दुख है और गुरदासपुर के लोग दुख महसूस कर रहे गल सुनो चार्ज जर कदा लेना मेरी मिनिस्ट्री आ तो चार्ज वो थोड़ी होंगे हैंड ओवर करना कि मंत्री दूसरे ने मैं कि मिल के चार्ज लैन की कोई चीज़ नहीं होंगी जहाँ तो होना कि मिनिस्टर नवा बनिया तो मुख्यमंत्री ने कुर्सी पर बिठा जाना हाँ महकमा नहीं मिले दूजा मिल गया ये गल की मतलब कि जे यदा कांगड़ साहब ने चार्ज दे देने तो चार्ज नहीं होंगे मिनिस्ट्री जी ट्रांसफर होंगी।